ਮੈਂ ਕੁਲਦੇਵ ਸਿੰਘ ਅਮਰ, ਫਾਊਂਡਰ, ਪ੍ਰੈਜ਼ੀਡੈਂਟ ਐਂਡ ਚੇਅਰਮੈਨ ਆਲ ਇੰਡੀਆ ਐਗਰੀਕਲਚਰਲ ਮਸ਼ੀਨਰੀ ਮੈਨੂਫੈਕਚਰ ਐਸੋਸੀਏਸ਼ਨ। ਇਸ ਐਗਰੀ ਪ੍ਰੋਗਰੈਸ ਸ਼ੋਅ ਦੇ ਵਿੱਚ ਵਿਸ਼ੇਸ਼ ਸਾਡਾ ਜਿਹੜਾ ਫੋਕਸ ਰਹੇਗਾ ਉਹ ਮਸ਼ੀਨਰੀ ਦੇ ਉੱਤੇ ਰਹੇਗਾ, ਜੋ ਕਿ ਇਨ ਸੀਟੂ ਕਰੋਪ ਰੈਜੀਡਿਊ ਮੈਨੇਜਮੈਂਟ ਦੀ ਮਸ਼ੀਨਰੀ ਹੈ, ਜਿਸ ਨੂੰ ਕਿ ਅਸੀਂ ਕਹਿ ਸਕਦੇ ਹਾਂ ਕਿ ਖੇਤ ਵਿੱਚ ਹੀ ਪਰਾਲੀ ਦੀ ਸਾਂਭ ਸੰਭਾਲ ਵਾਲੀ ਮਸ਼ੀਨਰੀ। ਜਿਵੇਂ ਕਿ ਆਪ ਜੀ ਨੂੰ ਪਤਾ ਹੋਵੇਗਾ ਕਿ ਇਸ ਮਸ਼ੀਨਾਂ ਦੇ ਉੱਤੇ ਕੇਂਦਰ ਸਰਕਾਰ ਅਤੇ ਪੰਜਾਬ, ਹਰਿਆਣਾ, ਯੂਪੀ ਸਰਕਾਰ ਵੱਲੋਂ ਵਿਸ਼ੇਸ਼ ਰਾਹਤ ਦੇ ਕੇ ਕਿਸਾਨਾਂ ਨੂੰ ਇਹ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ। ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਕਿਹੜੀਆਂ ਨਵੀਆਂ ਮਸ਼ੀਨਾਂ ਹਨ ਜਿਸ ਨਾਲ ਅਸੀਂ ਵਧੀਆ ਤਰੀਕੇ ਨਾਲ ਪਰਾਲੀ ਦੀ ਸਾਂਭ ਸੰਭਾਲ ਕਰ ਸਕਦੇ ਹਾਂ, ਉਹ ਇੱਥੇ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਸੋ ਮੇਰੀ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਇਸ ਪ੍ਰਦਰਸ਼ਨੀ ਵਿੱਚ ਕਿਸੇ ਵੀ ਦਿਨ 23, 24, 25 ਨੂੰ ਆ ਕੇ, 23, 24, 25 ਜਨਵਰੀ ਨੂੰ ਆ ਕੇ ਨਵੀਂ ਤੋਂ ਨਵੀਂ ਉੱਚ ਤਕਨੀਕ ਦੀ ਖੇਤੀ ਮਸ਼ੀਨਰੀ ਨੂੰ ਦੇਖੋ, ਉਸਦਾ ਲਾਹਾ ਲਓ। ਬਹੁਤ ਬਹੁਤ ਧੰਨਵਾਦ।